ਜ਼ਿੰਦਾ ਇਨਸਾਨ ਬੈਠੇ ਨੇ ਉਹ ਇਸਲਾਮ ਦਾ ਜਵਾਬ ਦਿਓ। ਅਸਲਾਮ ਅਲੈਕੁਮ ਵਰਹਮਤੁਲਾਹਿ ਵਬਰਕਾਤੁਹ। ਬੜੀ ਖੁਸ਼ਕਿਸਮਤ ਦੀ ਬਾਤ ਹੈ ਕਿ ਸਲਾਨਾ ਸੀਰਤ ਨਬੀ ਇਸ ਕਾਨਫਰੰਸ ਦੇ ਅੰਦਰ ਹਿੱਸਾ ਪਾਉਣ ਦਾ ਮੌਕਾ ਮਿਲਿਆ। ਅੱਲਾਹ ਤਾਲਾ ਮੇਰੇ ਮੋਹਤਰਮ ਕਾਰੀ ਮੁਹੰਮਦ ਸਲੀਮ ਉਸਮਾਨੀ ਸਾਹਿਬ ਔਰ ਉਹਨਾਂ ਦੇ ਜਿਤਨੇ ਮਦਦਗਾਰ, ਅੱਲਾਹ ਸਾਰਿਆਂ ਦੀ ਮਿਹਨਤ ਨੂੰ ਕਬੂਲ ਫਰਮਾ, ਔਰ ਜਿਤਨੇ ਉਲਾਮਾ ਜਿੱਥੋਂ ਜਿੱਥੋਂ ਸਫ਼ਰ ਕਰਕੇ ਆਏ ਨੇ, ਅੱਲਾਹ ਪਾਕ ਉਹਨਾਂ ਦਾ ਸੁਣਾਉਣਾ ਸੁਣਨਾ ਅਮਲ ਕਰਕੇ ਅੱਲਾਹ ਸਾਰੇ ਵਾਸਤੇ ਜ਼ਰੀਏ ਨਜਾਤ ਬਣਾਏ। ਦੋ ਸ਼ੇਰ ਹਮਦ ਬਾਰੀ ਤਾਲਾ ਉਸ ਬਾਤ ਇੱਕ ਨਾ ਤਬਦੀਲੀ ਵਾਲੀ ਬਾਤ ਮੁਖਤਸਰ ਜੀ ਇਨਸ਼ਾਅੱਲਾ। ਉਸ ਬਾਤ ਪ੍ਰੋਫੈਸਰ ਹਾਫਿਜ਼ ਉਬੈਦੁਰ ਰਹਿਮਾਨ ਮੋਹਸਿਨ ਸਾਹਿਬ ਹਾਫਿਜ਼ਹੁਲਾਹੁ ਤਾਲਾ ਇਨਸ਼ਾਅੱਲਾ ਉਹਨਾਂ ਦਾ ਦਰਸ ਹੋਏਗਾ। ਸਾਰੀ ਦੁਨੀਆ ਅੱਲਾ ਪਾਕ ਬਣਾਈਏ, ਸਾਂਝੀ ਹੋਰ ਸ਼ਰੀਕ ਨਸਾਨੀ ਕਾਈਏ। ਸਾਰੀ ਦੁਨੀਆ ਅੱਲਾ ਪਾਕ ਬਣਾਈਏ, ਸਾਂਝੀ ਹੋਰ ਸ਼ਰੀਕ ਨਸਾਨੀ ਕਾਈਏ। ਮੁਰਗੀ ਦੇ ਵਿੱਚ ਅੰਡਾ ਨਾ ਰੋਸ਼ਨ ਦਾਨ ਉਸਦਾ, ਰੋਜ਼ੀ ਬਦੇਂਦਾ ਉੱਥੇ ਇੱਕ ਨਗਰਾਨ ਉਸਦਾ। ਦਾਈ ਕੀਤੀ ਫਿਰ ਤਰਕਿਆ ਸੱਚਾਏ, ਬਾਹਰ ਨਿਕਲਿਆ ਚੂ ਚੂ ਕਰਦਾ ਬੱਚਾਏ। ਬਿੱਲੀ ਦੇ ਮੂਹੇ ਖਿਦਮਾ ਵੱਲ ਭਜਦਾ ਏ, ਆ ਗਿਆ ਦੁਸ਼ਮਣ ਆ ਗਿਆ ਦੁਸ਼ਮਣ ਮਾਨੂੰ ਦੱਸਦਾ ਏ। ਇਹ ਦੁਸ਼ਮਣ ਤੇ ਸੱਜਣ ਦੀ ਪਹਿਚਾਨ ਲੋਗੋ ਕਿੰਨੇ ਕਰਾਈਏ, ਸਾਂਝੀ ਹੋਰ ਸ਼ਰੀਕ ਨਸਾਨੀ ਕਾਈਏ। ਸਾਰੀ ਦੁਨੀਆ ਅੱਲਾ ਪਾਕ ਬਣਾਈਏ, ਸਾਂਝੀ ਹੋਰ ਸ਼ਰੀਕ ਨਸਾਨੀ ਕਾਈਏ। ਪੱਥਰ ਦੇ ਵਿੱਚ ਕੀੜਾ ਨਾ ਡੰਡੀ ਬਣਾਏ, ਰਿਜ਼ਕ ਪਕਾਉਂਦਾ ਉੱਥੇ ਬਨ ਸਵੰਨਾਏ। ਖਿੜਕੀ ਗੇਟ ਨ ਰਸਤਾ ਜਾਂਦਾ ਏ, ਹਰ ਵੇਲੇ ਉਹ ਸਾਵੇ ਪੱਤੇ ਖਾਂਦਾ ਏ। ਇਹ ਜਿੰਨੇ ਮੈਂ ਦੋ ਸ਼ੇਰ ਪੜ੍ਹੇ ਨੇ, ਵੈਸੇ ਨਾਲ ਬੜੀ ਲੰਮੀ ਸੀ, ਦੋ ਪੜ੍ਹੇ ਨੇ ਔਰ ਇਹਦੇ ਅੰਦਰ ਬੜੇ ਨੁਕਤੇ ਨੇ, ਇਹਨਾਂ ਦਾ ਕੋਈ ਰੱਦ ਕਰਕੇ ਵਿਖਾਏ। ਦੁਨੀਆ ਦਾ ਕੋਈ ਮੁਸ਼ਕਿਲ ਕੁਸ਼ਾ ਹਾਜ ਦਰਵਾ ਕੋਈ ਮੁਸ਼ਕਿਲਾਂ ਡਾਲਣ ਵਾਲਾ ਜਿਹੜਾ ਕੰਮ ਮੇਰਾ ਰੱਬ ਕਰਦਾ, ਇੰਜ ਜਿਵੇਂ ਇਹ ਮੈਂ ਮਿਸਾਲ ਦੇ ਕੇ ਦੱਸ ਰਿਹਾ ਤੁਹਾਨੂੰ। ਪੱਥਰ ਦੇ ਵਿੱਚ ਕੀੜਾ ਨਾ ਡੰਡੀ ਬਣਾਏ, ਰਿਜ਼ਕ ਪਕਾਉਂਦਾ ਉੱਥੇ ਬਨ ਸਵੰਨਾਏ। ਨਾ ਖਿੜਕੀ ਗੇਟ ਨਾ ਰਸਤਾ ਜਾਂਦਾ ਏ, ਹਰ ਵੇਲੇ ਉਹ ਸਾਵੇ ਪੱਤੇ ਖਾਂਦਾ ਏ। ਇਹ ਨਰਮ ਨਰਮ ਇਹ ਕੀੜਾ ਪੱਥਰ ਚ ਵਸਦਾ ਏ, ਪੱਥਰ ਚ ਨਿਕਲ ਕੇ ਆ ਕੇ ਗੱਲਾਂ ਦੱਸਦਾ ਏ। ਇੱਕੋ ਦੀ ਬਸ ਇੱਕੋ ਦੀ ਬਸ ਇੱਕੋ ਦੀ ਬਸ ਉੱਥੇ ਪਹੁੰਚ ਰਸਾਈਏ, ਸਾਂਝੀ ਹੋਰ ਸ਼ਰੀਕ ਨਸਾਨੀ ਕਾਈਏ। ਸਾਰੀ ਦੁਨੀਆ ਅੱਲਾ ਪਾਕ ਬਣਾਈਏ, ਸਾਂਝੀ ਹੋਰ ਸ਼ਰੀਕ ਨਸਾਨੀ ਕਾਈਏ। ਵੜਕਾ ਵਿੱਚ ਬਿਲਾਲ ਚੜਕਾ ਬੇਟ ਬਿਲਾਲ ਅਜ਼ਾਨ ਸੁਣਾਈਏ, ਉਮਰ ਦੀ ਆਮਦ ਤੇ ਤਬਦੀਲੀ ਆਈਏ। ਇਨਸ਼ਾਅੱਲਾ ਤਬਦੀਲੀ ਆਏਗੀ। ਉਲਾਮਾ ਦੀਆਂ ਮਿਹਨਤਾਂ, ਇਹ ਅੱਜ ਦੇ ਪ੍ਰੋਗਰਾਮ ਔਰ ਤਰ੍ਹਾਂ ਤਰ੍ਹਾਂ ਦੇ ਜਗ੍ਹਾ ਜਗ੍ਹਾ ਤੇ ਕਾਨਫਰੰਸਾਂ, ਇਨਸ਼ਾਅੱਲਾ ਸ਼ਿਰਕੋ ਬਿਦਤ ਦੇ ਅੰਦਰ ਇਹ ਤੋਹੀਦ ਦੇ ਅੰਦਰ ਤਬਦੀਲੀ ਇਨਸ਼ਾਅੱਲਾ ਆਣਗੇ। ਲੋਕ ਸ਼ਿਰਕੋ ਬਿਦਤ ਛੱਡਣਗੇ ਅਨ ਕਰੀਬ ਇਨਸ਼ਾਅੱਲਾ। ਮੇਰੇ ਉਲਾਮਾ ਦੀਆਂ ਮਿਹਨਤਾਂ ਇਹ ਰੰਗ ਲਿਆਵਣਗੀਆਂ। ਜਿਵੇਂ ਬਿਲਾਲ ਰਜ਼ੀ ਅੱਲਾਹ ਤਾਲਾ ਨੂੰ ਕਹਿੰਦੇ ਨੇ, ਮੈਂ ਬੱਕਰੀਆਂ ਚਲਾਉਣ ਵਾਲਾ ਛੇੜੂ ਗੁਲਾਮ, ਮੈਨੂੰ ਜਦੋਂ ਨਬੀ ਪਾਕ ਨੇ ਹੁਕਮ ਫਰਮਾਇਆ ਕਾਬੇ ਤੇ ਚੜ੍ਹ ਜਾ ਤੇ ਮੇਰੀ ਮੁਸਰਤ
نال یہاں سنے انشاءاللہ بھی اپنے اندر بھی ہے معاشرے اندر بھی انشاءاللہ میرے علماء دیاں محنت ضرور کام لیاں گیاں میں او دس رہا جڑی عمر دے آن دے نال تبدیلی اسلام دے اندر آئی ہے اللہ پاک پروفیسر عبید الرحمان محسن صاحب حافظہ اللہ تعالی اللہ انہاں دا سفر کرنا اور ات مقام تے پہنچنا اللہ قبول فرمائے صرف دو منٹ واسطے چڑھ کعبے تے بلال اذان سنائیے عمر دی آمد تے تبدیلی آئیے تبدیلی آئیے تبدیلی آئیے تبدیلی آئیے تبدیلی آئیے وڑ کعبے چ حضور نماز پڑھائیے عمر دی آمد تے تبدیلی آئیے عمر لئی آقا مدنی عمر لئی آقا مدنی عمر لئی آقا مدنی دعا فرمائیے عمر دی آمد تے تبدیلی آئیے ایک ساڑی تبدیلی ایک اسلام دی تبدیلی میں اسلام دی تبدیلی دس رہا کہ اسلام اللہ پاک نے کیویں غلبہ عطا فرمایا ہے عمر لئی آقا مدنی دعا فرمائیے عمر دی آمد تے تبدیلی آئیے تبدیلی آئیے تبدیلی آئیے تبدیلی آئیے تبدیلی آئیے صحابہ مل کے نعرہ لایا ہے خوش میرے آقا آج عمر آیا ہے صحابہ مل کے نعرہ لایا ہے خوش میرے آقا آج عمر آیا ہے خوش میرے آقا آج عمر آیا ہے یاراں تے خوش دی لہر چھائیے عمر دی آمد تے تبدیلی آئیے تبدیلی آئیے تبدیلی آئیے تبدیلی آئیے تبدیلی آئیے السلام علیکم